ਚੈਨਲ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਅਸੀਂ ਤੁਹਾਨੂੰ ਦੱਸ ਦਈਏ ਕਿ ਜਿਹੜੀ ਕਿ 14 ਫਰਵਰੀ ਨੂੰ ਨਗਰ ਕੌਂਸਲ ਦੀਆਂ ਚੋਣਾਂ ਦੇ ਜਿਹੜੇ ਕਿ ਵੋਟਿੰਗ ਹੋਈ ਸੀ ਜਿਹਦੇ ਅੱਜ ਚੋਣ ਨਤੀਜੇ ਐਲਾਨੇ ਗਏ ਨੇ ਜਿੰਦੇ ਵਿੱਚ ਸਾਡੇ ਜਲਾਲਾਬਾਦ ਤੋਂ 11 ਤੇ ਕਾਂਗਰਸ ਜੇਤੂ ਰਹੀ 5 ਤੇ ਸ਼੍ਰੋਮਣੀ ਅਕਾਲੀ ਦਲ ਰਹੀ 1 ਤੇ ਆਪ ਉਮੀਦਵਾਰ ਜੇਤੂ ਰਿਹਾ ਔਰ ਜਿਹੜੀ ਕਿ ਬੀਜੇਪੀ ਪਾਰਟੀ ਉਹ ਜਲਾਲਾਬਾਦ ਦੇ ਵਿੱਚ ਆਪਣਾ ਖਾਤਾ ਨਹੀਂ ਖੋਲ ਸਕੀ ਇੱਥੇ ਜਿਹੜੀ ਕਿ ਇੱਕ ਹੋਰ ਤੁਹਾਨੂੰ ਵਿਸ਼ੇਸ਼ ਜਾਣਕਾਰੀ ਦੇ ਦਈਏ ਕਿ ਜਿਹੜੇ ਕਿ ਗੁਰਵਿੰਦਰਪਾਲ ਸਿੰਘ ਘਾਰੂ ਸੀਗੇ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਨ ਇਹਨਾਂ ਦੇ ਉੱਤੇ ਪੂਰੇ ਜਲਾਲਾਬਾਦ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ ਪਰ ਆਊਟ ਸ਼ੀਟ ਮੰਨੀ ਜਾ ਰਹੀ ਸੀ ਕਿਤੇ ਨਾ ਕਿਤੇ ਜਿਹੜੇ ਕਿ ਕਾਂਗਰਸੀ ਸਨ ਇਹਨਾਂ ਨੂੰ ਹਰਾਉਣ ਵਾਸਤੇ ਪੂਰੀ ਕੋਸ਼ਿਸ਼ਾਂ ਕਰ ਰਹੇ ਸਨ ਬੌਕਸ ਵੋਟਾਂ ਵੀ ਹੋਈਆਂ ਕਈ ਤਰ੍ਹਾਂ ਦੇ ਹੱਥ ਕੰਡੇ ਬਣਾਏ ਗਏ ਪਰ ਜਿਹੜੇ ਕਿ ਗੁਰਵਿੰਦਰਪਾਲ ਸਿੰਘ ਘਾਰੂ ਨੂੰ ਵੋਟਰਾਂ ਨੇ ਇੱਕ ਇੱਕ ਵੋਟ ਪਾ ਕੇ ਜਿਹੜਾ ਕਿ 16 ਨੰਬਰ ਵਾਰਡ ਤੋਂ ਵੱਡਾ ਜੇਤੂ ਕਰਾਰ ਦਵਾਇਆ ਹੈ ਅਸੀਂ ਹੁਣ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਾਡੇ ਨਾਲ ਨੇ ਗੁਰਵਿੰਦਰਪਾਲ ਸਿੰਘ ਘਾਰੂ ਜੀ ਅਸੀਂ ਉਹਨਾਂ ਦਾ ਸਤਿ ਸ਼੍ਰੀ ਅਕਾਲ ਸਰ ਪਹਿਲਾਂ ਮੁਬਾਰਕਾਂ ਜੀ ਬੀਐਨ ਤੋਂ ਮੇਰਾ ਪਹਿਲਾਂ ਮੇਰੇ ਵੱਲੋਂ ਵੀ ਤੁਹਾਨੂੰ ਲੱਖ ਲੱਖ ਮੁਬਾਰਕਾਂ ਜੀ ਆਇਆਂ ਨੂੰ ਤੁਹਾਡਾ ਔਰ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਇੱਕ ਅੱਡੀ ਚੋਟੀ ਦਾ ਕਾਂਗਰਸ ਨੇ ਜ਼ੋਰ ਲਾਇਆ ਹੋਇਆ ਸੀਗਾ ਇਹ ਵਾਕਿਆ ਗੱਲ ਹੈ ਇਹ ਅੱਜ ਜਿਹੜੀ ਜਿੱਤ ਹੋਈ ਹੈ ਇਹ ਵਾਰਡ ਵਾਸੀਆਂ ਦੀ 16 ਨੰਬਰ ਵਾਰਡ ਵਾਸੀਆਂ ਦੀ ਹੋਈ ਹੈ ਵੋਟਰਾਂ ਸਪੋਰਟਰਾਂ ਦੀ ਹੋਈ ਹੈ ਔਰ ਬੇਝਿਜਕ ਹੋ ਕੇ ਉਹਨਾਂ ਨੇ ਬਹੁਤ ਧਮਕਾਇਆ ਗਿਆ ਲੋਕਾਂ ਨੂੰ ਲੱਲਾ ਬਸਤੀ ਦੇ ਵਿੱਚ ਤਾਂ ਇੰਨਾ ਉਹਨਾਂ ਨੂੰ ਲੋਕਾਂ ਨੂੰ ਜੀਣ ਤੱਕ ਸੌਣ ਤੱਕ ਨਹੀਂ ਦਿੱਤਾ ਗਿਆ ਲੋਕਾਂ ਨੂੰ ਘਰਾਂ ਦੇ ਰਾਤ ਨੂੰ 12-12 1-1 ਵਜੇ ਤੱਕ ਲੋਕਾਂ ਨੂੰ ਉਠਾ ਕੇ ਉਹਨਾਂ ਨੂੰ ਇੰਨਾ ਕੁ ਇਰੀਟੇਟ ਕਰ ਰਹੇ ਸੀਗੇ ਕਿ ਤੁਸੀਂ ਵੋਟ ਆ ਕਾਂਗਰਸ ਦੇ ਨਾਂ 'ਤੇ ਪਾਉਣੀ ਹੈ ਪਰ ਲੋਕਾਂ ਦੀ ਹਿੰਮਤ ਦੇਖੋ ਧੱਕੇ ਨਾਲ ਕਦੇ ਵੀ ਵੋਟਾਂ ਨਹੀਂ ਪੈਂਦੀਆਂ ਪਿਆਰ ਨਾਲ ਪੈਂਦੀਆਂ ਵਿਕਾਸ ਨਾਲ ਪੈਂਦੀਆਂ ਉਹ ਅੱਜ ਕਰਕੇ ਦਿਖਾਇਆ ਵਾਰਡ ਵਾਸੀਆਂ ਨੇ ਪਰ ਲੱਗਦਾ ਹੈ ਕਿ ਤੁਹਾਡੀ ਜਿਹੜੀ ਕਿ ਹੌਟ ਸ਼ੀਟ ਸੀ ਜਲਾਲਾਬਾਦ ਦੀ 16 ਨੰਬਰ ਵਾਰਡ ਸੀਗਾ ਇੱਥੇ ਕਈ ਤਰ੍ਹਾਂ ਦੇ ਹੱਥ ਕੰਡੇ ਬਣਾਏ ਗਏ ਬੌਕਸ ਵੋਟਾਂ ਵੀ ਪਈਆਂ ਪਰ ਫਿਰ ਵੀ ਤੁਸੀਂ ਜਿਹੜੀ ਕਿ ਜਿੱਤ ਹਾਸਲ ਕਰਨ ਲਈ ਕਾਮਯਾਬ ਹੋਏ ਹੋ ਇਹ ਬਿਲਕੁਲ ਗੱਲ ਸਹੀ ਹੈ ਤੁਹਾਡੀ ਚਾਰ ਜਿਹੜੇ ਸੀਨੀਅਰ ਲੀਡਰ ਸੀਗੇ ਆਪਣੇ ਕਾਂਗਰਸ ਦੇ ਉਹਨਾਂ ਦੀ ਡਿਊਟੀ ਲਾਈ ਗਈ ਸੀ ਕਿ ਤੁਸੀਂ ਇਸ ਬੰਦੇ ਨੂੰ ਕਿਵੇਂ ਹਰਾ ਸਕਦੇ ਹੋ ਉਹਨਾਂ ਨੇ ਜ਼ਿੰਮੇਵਾਰੀ ਲਈ ਸੀ ਬੰਦਿਆਂ ਨੇ ਕਿ ਅਸੀਂ ਇਸ ਬੰਦੇ ਨੂੰ ਅਸੀਂ ਘਾਰੂ ਨੂੰ ਹਰਾ ਸਕਦੇ ਹਾਂ ਪਰ ਸੱਚੇ ਪਾਤਸ਼ਾਹ ਮੇਰੇ ਨਾਲ ਹੈ ਵਾਰਡ ਵਾਸੀ ਨਾਲ ਹੈ ਮੇਰੀਆਂ ਬਾਹਾਂ ਸੱਜੇ ਦੱਜੇ ਬੈਠੀਆਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਉਹਨਾਂ ਬੰਦਿਆਂ ਦੀ ਦਾਦ ਹੈ ਹਿੰਮਤ ਹੈ ਇਹਨਾਂ ਨੇ ਬਹੁਤ ਵੱਡੀ ਸਾਜਿਸ਼ ਰਚ ਕੇ ਇੱਕ ਬਗੈਰ ਵਿਦਾਊਟ ਸਨੈਪ ਤੋਂ ਇੱਕ ਲਿਸਟ ਲਿਆਂਦੀ ਸੀਗੀ ਬੌਕਸ ਵੋਟਾਂ ਪਾਈਆਂ ਵੀ ਇਹਨਾਂ ਨੇ ਪਰ ਇਹਨਾਂ ਦੀ ਦਾਲ ਨਹੀਂ ਗਲੀ ਗਈ ਉਹ ਵਾਹਿਗੁਰੂ ਮੇਰੇ ਨਾਲ ਸੀਗਾ ਵੋਟਰ ਸਪੋਰਟਰ ਨਾਲ ਸੀਗੇ ਜਿਨ੍ਹਾਂ ਨੇ ਬੜੀ ਤਦਾਦ ਦੇ ਨਾਲ ਮੈਨੂੰ ਵੋਟਾਂ ਪਾ ਕੇ ਭਾਰੀ ਬਹੁਮਤ ਨਾਲ ਜਿਤਾਇਆ ਅੱਗੇ ਤੋਂ ਵੀ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਸਾਡੇ ਸੀਨੀਅਰ ਲੀਡਰਸ਼ਿਪ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਮੈਂ ਇਹ ਕਦੇ ਵੀ ਅੱਜ ਤੱਕ ਜਿੰਨੇ ਵੀ ਇਲੈਕਸ਼ਨ ਹੋਏ ਆ ਕਦੇ ਇਸ ਵਾਰਡ ਦੇ ਵਿੱਚੋਂ ਕਦੇ ਵੀ ਕਾਂਗਰਸ ਨਹੀਂ ਜਿੱਤੀਗੀ ਭਾਵੇਂ ਉਹ ਕੋਈ ਵੀ ਇਲੈਕਸ਼ਨ ਹੈਗਾ ਪਰ ਪਹਿਲੀ ਵਾਰ ਜਿਹੜਾ ਕਿ ਇਸ ਤਰ੍ਹਾਂ ਜਿਹੜੀ ਨਗਰ ਕੌਂਸਲ ਚੋਣਾਂ ਦੇ ਵਿੱਚ ਹਰੇਕ ਪਾਰਟੀ ਨੂੰ ਇੰਨਾ ਜਿਹੜਾ ਸੰਘਰਸ਼ ਕਰਨਾ ਪਿਆ ਆਪਣੇ ਉਮੀਦਵਾਰਾਂ ਲਈ ਪਰ ਪਹਿਲੀ ਵਾਰ ਹੋਇਆ ਤੁਹਾਨੂੰ ਕੋਈ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਜੀ ਨਾ 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 ਇੱਦਾਂ ਦੀ ਕੋਈ ਗੱਲ ਹੀ ਨਹੀਂ ਮੈਨੂੰ ਕੋਈ ਕਦੇ ਕਠਿਨਾਈ ਨਹੀਂ ਆਈ ਮੈਂ ਫੋਨ 'ਤੇ ਲੋਕਾਂ ਨੂੰ ਵੋਟਾਂ ਗਈਆਂ ਇਹ ਬਿਲਕੁਲ ਸਹੀ ਦਰੁਸਤ ਗੱਲ ਹੈ ਕਿ ਮੈਂ ਸਿਰਫ ਇਕੱਲੇ ਫੋਨ 'ਤੇ ਗਈਆਂ ਇੱਕ ਵਾਰ ਮੈਂ ਗਿਆ ਉਹਨਾਂ ਲੋਕਾਂ ਕੋਲ ਉਹਨਾਂ ਨੇ ਮੈਨੂੰ ਖੁਦ ਫੋਨ ਕਰਕੇ ਕਿਹਾ ਇਹ ਕਿ ਭਾਅ ਜੀ ਤੁਸੀਂ ਵੋਟਾਂ ਮੰਗਣ ਆਇਓ ਤੁਹਾਨੂੰ ਵੋਟਾਂ ਪੈਣਗੀਆਂ ਅਸੀਂ ਪਾਵਾਂਗੇ ਤੁਹਾਨੂੰ ਵੋਟਾਂ ਤੁਸੀਂ ਬੇਚਿੰਤ ਹੋ ਉਹੀ ਰਿਜ਼ਲਟ ਅੱਜ ਮੇਰੇ ਸਾਹਮਣੇ ਆਇਆ ਕਿ ਲੋਕਾਂ ਨੇ ਵਾਕਈ ਬਹੁਤ ਭਾਰੀ ਮਾਵਾਂ ਨਾਲ ਵੋਟਾਂ ਪਾਈਆਂ ਹੁਣ ਤੁਸੀਂ ਜਿਹੜੇ ਕਿ ਵਿਕਾਸ ਦੇ ਕੰਮ ਰੁਕੇ ਹੋਏ ਨੇ ਤੁਹਾਡੇ 'ਤੇ ਐਡਾ ਵੱਡਾ ਲੋਕਾਂ ਨੇ ਵਿਸ਼ਵਾਸ ਜਿਤਾਇਆ ਵੋਟਰਾਂ ਨੇ ਵਿਸ਼ਵਾਸ ਜਿਤਵਾਇਆ ਤੁਸੀਂ ਹੁਣ ਇਹਨਾਂ ਨੂੰ ਨਪੇਰੇ ਚਾੜੋਗੇ ਨਾ ਪੂਰੀ ਤਨਦੀ ਨੂੰ ਬਿਲਕੁਲ ਜੀ ਜਿੰਨਾ ਵੋਟਰਾਂ ਨੇ ਮੇਰੇ 'ਤੇ ਵਿਸ਼ਵਾਸ ਜਿਤਾਇਆ ਫਤਵਾ ਦਿੱਤਾ ਮੇਰੇ ਹੱਕ ਦੇ ਵਿੱਚ ਆਉਣ ਵਾਲੇ 22 ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ CM ਬਣਨ ਜਾ ਰਹੇ ਨੇ ਸਰਕਾਰ ਅਕਾਲੀ ਦਲ ਦੀ ਆ ਜਾਣੀ ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਅਤੇ ਵਿਕਾਸ ਦੇ ਵਿੱਚ ਪਹਿਲਾਂ ਹੀ ਮੈਂ ਕੰਮ ਨਹੀਂ ਕੋਈ ਰਹਿਣ ਦਿੱਤਾ ਜਿਹੜਾ ਕੋਈ ਇੱਕਾ ਦੁੱਕਾ ਰਹਿ ਗਏ ਨੇ ਉਹ ਮੇਰੇ ਹੱਥ ਦੇ ਖੱਬੇ ਹੱਥ ਦੀ ਖੇਡ ਹੈ ਮੈਂ 2-4 ਮਹੀਨਿਆਂ ਦੇ ਵਿੱਚ ਕਰਕੇ ਸਾਰਿਆਂ ਨੂੰ ਨੇਪਰੇ ਚੜ੍ਹਦਾਂਗਾ ਇਹ ਸਨ ਸਾਡੇ ਨਾਲ ਜਿਹੜੇ ਕਿ ਉਮੀਦਵਾਰ ਜੇਤੂ ਉਮੀਦਵਾਰ ਗੁਰਵਿੰਦਰਪਾਲ ਸਿੰਘ ਘਾਰੂ ਜੀ ਜਿਨ੍ਹਾਂ ਨੇ ਦੱਸਿਆ ਕਿ ਸਾਡੀ ਕਾਂਗਰਸ ਸਾਡੀ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇ ਵੱਲੋਂ ਜਿਹੜੇ ਕਿ ਵਿਕਾਸ ਦੇ ਕੰਮ ਬੜੀ ਤੇਜ਼ੀ ਨਾਲ ਕਰਵਾਏ ਗਏ ਸਨ ਪਰ ਹੁਣ ਜਿਹੜੇ ਕਿ ਅੱਜ ਉਹ ਫਿਰ ਦੁਬਾਰਾ ਤੋਂ ਜਿਹੜੇ ਕਿ ਜੇਤੂ ਹੋਏ ਨੇ ਅਤੇ ਉਹ ਕਹਿ ਰਹੇ ਨੇ ਵੀ ਜਿਹੜੇ ਵੀ ਬਾਕੀ ਇੱਕਾ ਦੁੱਕਾ ਕੰਮ ਰਹਿੰਦੇ ਨੇ ਉਹ ਆਪਣੀ ਪਾਰਟੀ ਦੇ ਸਹਿਯੋਗ ਨਾਲ ਉਹ ਕਰਵਾਉਣ ਵੋਟਰ ਜਿਹੜੇ ਵਾਰਡ ਵਾਸੀਆਂ ਦੇ ਕਰਵਾਉਣ ਲਈ ਵਚਨਬੱਧ ਰਹਿਣਗੇ ਸਾਡੇ ਨਾਲ ਹੋਰ ਵੀ ਇੱਥੇ ਜਿਹੜੇ ਕਿ ਬਲਾਕ ਸਮਿਤੀ ਦੇ ਮੈਂਬਰ ਨੇ ਸੁਰਜੀਤ ਸਿੰਘ ਬਰਨਾਲਾ ਜੀ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਜਿਹੜੀ ਅੱਜ ਜਿੱਤ ਹੋਈ ਹੈ ਇਹਦੇ ਬਾਰੇ ਤੁਸੀਂ ਜਾਣਕਾਰੀ ਦੇ ਦਿਓ ਅਸੀਂ ਜੀ ਜਿੱਤ ਜਿਹੜੀ ਅੱਜ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੀ MC ਘਾਰੂ ਦੀ 16 ਨੰਬਰ ਵਾਰਡ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਬਹੁਤ ਕੰਮ ਕੀਤੇ ਨੇ ਇਸ ਜਲਾਲਾਬਾਦ ਨੂੰ ਚਿੜੀਆਘਰ ਬਣਾਇਆ ਔਰ ਉਹਨਾਂ ਨੇ ਆਪਦੀ ਸਰਕਾਰ ਵਿੱਚ ਜੋ ਕੋਈ ਕਹਿੰਦਾ ਸੀ MC ਸਾਹਿਬ ਉਹ ਕੰਮ ਕਰਦੇ ਰਹੇ ਅੱਜ ਜਿੱਥੇ ਜਿੱਥੇ ਗਏ ਆ ਆਪਣੇ MC ਸਾਹਿਬ ਘਾਰੂ ਵੋਟਾਂ ਲਈ ਕਿਸੇ ਵੀ ਨੇ ਵੀ ਸਵਾਲ ਜਵਾਬ ਕੀਤੇ ਕਿਉਂਕਿ ਸਾਰੇ ਕੰਮ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਸਰਕਾਰ ਵਿੱਚ ਹੋਏ ਨੇ ਅਤੇ ਅੱਗੇ ਤੋਂ ਲੈ ਕੇ ਵੀ ਘਾਰੂ ਸਾਹਿਬ ਕਰਨਗੇ ਅਤੇ ਇੱਦਾਂ ਦਾ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਦਾ ਭਲਾ ਉੱਚਾ ਰਹੂਗਾ ਜੀ
ਇਸ ਨੇ ਸਾਡੇ ਨਾਲ ਗੁਰਵਿੰਦਰਪਾਲ ਸਿੰਘ ਕਾਰੂ ਜੀ ਔਰ ਜਨਾਲ ਸੀਗੇ ਸਾਡੇ ਨਾਲ ਜਿਹੜੇ ਬਲਾਕ ਸੰਮਤੀ ਸ਼੍ਰੋਮਣੀ ਅਕਾਲੀ ਦਲ ਦੇ ਬਲਾਕ ਸੰਮਤੀ ਮੈਂਬਰ ਸੁਰਜੀਤ ਬਰਨਾਲਾ ਜੀ ਨੇ ਦੱਸਿਆ ਕਿ ਸਾਡੀ ਸਿਰਫ ਤਾਂ ਸਿਰਫ ਸਾਡੇ ਵੱਲੋਂ ਸਾਡੀ ਪਾਰਟੀ ਦੇ ਵੱਲੋਂ ਜਿਹੜੇ ਕਿ ਵਿਕਾਸ ਦੇ ਕੰਮ ਕਰਵਾਏ ਗਏ ਨੇ ਜਲਾਲਾਬਾਦ ਦੇ ਵਿੱਚ ਗੱਲ ਕੀਤੀ ਜਾਵੇ ਖੇਡ ਸਟੇਡੀਅਮ ਦੀ ਕੀਤੀ ਜਾਵੇ ਸਕੂਲ ਇੱਕ ਸਰਕਾਰੀ ਕਾਲਜ ਦੀ ਕੀਤੀ ਜਾਵੇ ਜਾਂ ਸਰਕਾਰੀ ਹਸਪਤਾਲ ਦੀ ਕੀਤੀ ਜਾਵੇ ਉਹੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਰਵਾਏ ਗਏ ਨੇ ਪਰ ਜਿਹੜੀ ਕਾਂਗਰਸ ਪਾਰਟੀ ਹੈ ਉਹ ਸਿਰਫ ਤਾਂ ਸਿਰਫ ਇੱਕ ਲੋਕਾਂ ਨੂੰ ਗੁੰਮਰਾਹ ਕਰਕੇ ਹੀ ਜਿਹੜੀਆਂ ਵੋਟਾਂ ਬਟੋਰਨ ਦਾ ਕੰਮ ਕਰਦੀ ਰਹੀ ਹੈ ਅਤੇ ਅਗਾਂਹ ਬਾਕੀ ਥੋੜ੍ਹਾ ਜਿਹੜਾ ਸਮਾਂ ਹੈ ਕੁਝ ਮਹੀਨਿਆਂ ਦਾ ਬਾਕੀ ਬਚਿਆ ਜਿਹੜੀ ਕਿ ਸ਼੍ਰੋਮਣੀ ਇਹਨਾਂ ਦਾ ਦਾਅਵਾ ਹੈ ਕਿ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੁਬਾਰਾ 2022 ਦੇ ਵਿੱਚ ਸੱਤਾ ਵਿੱਚ ਆਵੇਗੀ ਜਲਾਲਾਬਾਦ ਤੋਂ ਕੈਮਰਾਮੈਨ ਰਿੰਕੂ ਕੁਮਾਰ ਦੇ ਨਾਲ ਕ੍ਰਿਸ਼ਨ ਟਵਾਣਾ ਦੀ ਰਿਪੋਰਟ ABN ਨਿਊਜ਼ ਚੈਨਲ ਦੇਖਣ ਵਾਲੇ ਸਭੀ ਦਰਸ਼ਕੋਂ ਸੇ ਹਮ ਅਪੀਲ ਕਰਤੇ ਹੈ ਕਿ ABN ਨਿਊਜ਼ ਚੈਨਲ ਪਰ ਐਸੀ ਲੇਟੈਸਟ ਖਬਰੇਂ ਦੇਖਣੇ ਕੇ ਲੀਏ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁਲੇ ਜੈ ਹਿੰਦ ਜੈ ਭਾਰਤ